ਟਰੂ ਨੇ ਸੱਚ ਦੇ ਖੜੇ ਨੇ। ਜਿਨ੍ਹਾਂ ਨੇ ਬਿਜ਼ਨਸ ਕਰਨਾ ਸੀ ਉਹਨਾਂ ਨੇ ਦੀਪ ਸਿੰਘ ਨੂੰ ਵੀ ਮੌਤ ਨੂੰ ਕਤਲ ਦਾ ਰੂਪ ਦੇ ਦਿੱਤਾ, ਪਰ ਅਸਲ ਚ ਐਕਚੁਅਲੀ ਐਕਸੀਡੈਂਟ ਸੀ, ਹਾਦਸੇ ਉਹਨਾਂ ਦੀ ਜਾਨ ਚਲੀ ਗਈ। ਪਿਛਲੇ ਸਾਲ ਇਹ ਜਿਹੜਾ ਅਵਾਰਡ ਹੈ ਦ ਸਨ ਆਫ ਪੰਜਾਬ ਦੀਪ ਸਿੱਧੂ ਨੂੰ ਦੇਣਾ ਸੀ, ਉਹ ਨਹੀਂ ਰਹੇ। ਸੋ ਅੱਜ ਉਹਨਾਂ ਦੇ ਮੰਗੇਤਰ ਨੇ, ਇਹਨਾਂ ਦਾ ਵਿਆਹ ਹੋਣ ਵਾਲਾ ਸੀ, ਇਹਨਾਂ ਦਾ ਮੰਗਣਾ ਹੋਇਆ ਹੋਇਆ ਸੀ ਆਪਸ ਵਿੱਚ। ਸੋ ਇਸ ਕਰਕੇ ਇਸ ਬੀਬੀ ਨੂੰ ਅਸੀਂ ਅਵਾਰਡ ਦਿੰਦੇ ਹਾਂ। ਅਵਾਰਡ ਦੇਣ ਤੋਂ ਪਹਿਲਾਂ ਤੁਸੀਂ ਵੀ ਫਿਊ ਵਰਡ ਸਾਨੂੰ ਤਰ੍ਹਾਂ ਸਾਂਝੇ ਕਰੋ, ਪਲੀਜ਼ ਤੁਸੀਂ ਬੋਲੋ ਫਿਊ ਵਰਡ। ਥੈਂਕ ਯੂ ਕਹਿਣਾ ਚਾਹੁੰਦੀ ਹਾਂ ਸਾਰੀ ਸੰਗਤ ਇੱਥੇ ਅੱਜ ਹਾਜ਼ਰ ਹੋਈ ਆ, ਐਂਡ ਥੈਂਕ ਯੂ ਬਾਬਾ ਜੀ ਕਿ ਤੁਸੀਂ ਹਮ ਸਭ ਨੂੰ ਇੱਥੇ ਬੁਲਾਇਆ। ਮੈਂ ਇਹੀ ਸੰਗਤ ਨੂੰ ਕਹਿਣਾ ਚਾਹੁੰਦੀ ਹਾਂ ਕਿ ਹੋਇਆ ਸਾਡੇ ਦੀਪ ਸਿੱਧੂ ਦੇ ਨਾਲ 15 ਤਰੀਕ ਫੈਬਰੀ 2022 ਦੇ ਵਿੱਚ, ਉਹ ਸਿਰਫ ਸਿਰਫ ਐਕਸੀਡੈਂਟ ਸੀ। ਕਾਫੀ ਉਸ ਟਾਈਮ ਡਿਫਰੈਂਟ ਨੇਰੇਟਿਵ ਸੀ, ਸਟੋਰੀ ਸੀ, ਕਿਸੇ ਨੂੰ ਸੰਗਤ ਨੇ ਉਸ ਟਾਈਮ ਨਹੀਂ ਪਤਾ ਸੀ ਕਿ ਹੋਇਆ ਸੀ। ਇਹ ਨੈਕਸਟ ਸਾਲ ਬਾਅਦ ਉਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਚੁੱਪ ਕਰਾਇਆ ਸੀ ਇਸ ਮੈਟਰ 'ਤੇ, ਪਰ ਇਹੀ ਮੈਂ ਆ ਕੇ ਮੇਰੇ ਗੁਰੂ ਇੱਥੇ ਖੜ੍ਹਾ ਹੋ ਜਾ, ਮੈਂ ਇਹ ਚੀਜ਼ 'ਤੇ ਕਦੇ ਨਹੀਂ ਝੂਠ ਬੋਲੂੰਗੀ, ਮੇਰਾ ਗੁਰੂ ਮੇਰੇ ਵਿੱਚ ਵੱਸਦਾ। ਐਂਡ ਮੈਂ ਇਹੀ ਕਹਿਣਾ ਚਾਹੁੰਦੀ ਕਿ ਹਾਂ ਐਕਸੀਡੈਂਟ ਸੀ, ਕੁਛ ਹੋਰ ਕੁਛ ਨਹੀਂ ਸੀ। ਤੁਸੀਂ ਆ ਸਕ ਸਾਡੇ ਨਾਲ ਸੱਚ ਦੇ ਨਾਲ ਖੜੋ, ਐਂਡ ਸਾਡੇ ਅੰਦਰ ਇਮੋਸ਼ਨ ਹੋ ਜਾਂਦੀ ਇਸ ਚੀਜ਼ ਦੇ ਬਾਰੇ। ਦੀਪ ਇੱਥੇ ਹੈ ਨਹੀਂ ਸਾਡੇ ਨਾਲ, ਪਰ ਮੈਂ ਖੜੀ ਹਾਂ ਉਹਦੇ ਬਿਹਾਫ 'ਤੇ, ਸੰਗਤ ਦੇ ਨਾਲ ਵੀ ਖੜੀ ਹਾਂ, ਦੀਪ ਦੀ ਕਈ ਸੋਚ 'ਤੇ ਸੀ ਅਸੀਂ ਉਹਦੇ 'ਤੇ ਵੀ ਅਸੀਂ ਖੜੇ ਹਾਂ। ਸੋ ਤੁਸੀਂ ਅੰਗ ਸੱਚ ਦੇ ਨਾਲ ਤੁਰਨਾ, ਦੀਪ ਦੀ ਲਾਈਕ ਅਸੀਂ ਅੱਗੇ ਲੱਗ ਜਾਂਦੇ ਹਾਂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵੱਲੋਂ ਬੀਬੀ ਰੇਣਾ ਰਾਜ ਵਾਰ ਸਾ ਗਾਣਾ ਹੈ, ਬੋਲੇ ਸੁਣਿਆ ਰੂਹ ਨੇ ਸੱਚ ਦੇ ਖੜੇ। ਜਿਨ੍ਹਾਂ ਨੇ ਬਿਜ਼ਨਸ ਕਰਨਾ ਸੀ ਉਹਨਾਂ ਨੇ ਦੀਪ ਸਿੱਧੂ ਦੀ ਮੌਤ ਨੂੰ ਕਤਲ ਦਾ ਰੂਪ ਦੇ ਦਿੱਤਾ, ਪਰ ਅਸਲ 'ਚ ਐਕਚੁਅਲੀ ਐਕਸੀਡੈਂਟ ਸੀ, ਹਾਦਸੇ ਉਹਨਾਂ ਦੀ ਜਾਨ ਚਲੀ ਗਈ। ਪਿਛਲੇ ਸਾਲ ਇਹ ਜਿਹੜਾ ਅਵਾਰਡ ਹੈ ਦ ਸਨ ਆਫ ਪੰਜਾਬ ਦੀਪ ਸਿੱਧੂ ਨੂੰ ਦੇਣਾ ਸੀ, ਉਹ ਨਹੀਂ ਰਹੇ। ਸੋ ਅੱਜ ਉਹਨਾਂ ਦੇ ਮੰਗੇਤਰ ਨੇ, ਇਹਨਾਂ ਦਾ ਵਿਆਹ ਹੋਣ ਵਾਲਾ ਸੀ, ਇਹਨਾਂ ਦਾ ਮੰਗਣਾ ਹੋਇਆ ਹੋਇਆ ਸੀ ਆਪਸ ਵਿੱਚ। ਸੋ ਇਸ ਕਰਕੇ ਇਸ ਬੀਬੀ ਨੂੰ ਅਸੀਂ ਅਵਾਰਡ ਦਿੰਦੇ ਹਾਂ। ਅਵਾਰਡ ਦੇਣ ਤੋਂ ਪਹਿਲਾਂ ਤੁਸੀਂ ਵੀ ਫਿਊ ਵਰਡ ਸਾਨੂੰ ਤਰ੍ਹਾਂ ਸਾਂਝੇ ਕਰੋ, ਪਲੀਜ਼ ਤੁਸੀਂ ਬੋਲੋ ਫਿਊ ਵਰਡ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਸਾਰੀ ਸੰਗਤ ਇੱਥੇ ਅੱਜ ਹਾਜ਼ਰ ਹੋਈ ਆ, ਐਂਡ ਥੈਂਕ ਯੂ ਪ੍ਰਭਾਤ ਜੀ ਕਿ ਤੁਸੀਂ ਹਮ ਸਭ ਨੂੰ ਇੱਥੇ ਬੁਲਾਇਆ। ਮੈਂ ਇਹੀ ਸੰਗਤ ਨੂੰ ਕਹਿਣਾ ਚਾਹੁੰਦੀ ਹਾਂ ਕਿ ਹੋਇਆ ਸਾਡੇ ਦੀਪ ਸਿੱਧੂ ਦੇ ਨਾਲ 15 ਤਰੀਕ ਫੈਬਰੀ 2022 ਦੇ ਵਿੱਚ, ਉਹ ਸਿਰਫ ਸਿਰਫ ਐਕਸੀਡੈਂਟ ਸੀ। ਕਾਫੀ ਉਸ ਟਾਈਮ ਡਿਫਰੈਂਟ ਨੇੜੇ ਸੀ, ਸਟੋਰੀ ਸੀ, ਕਿਸੇ ਨੂੰ ਸੰਗਤ ਨੇ ਉਸ ਟਾਈਮ ਨਹੀਂ ਪਤਾ ਸੀ ਕੀ ਹੋਇਆ ਸੀ। ਇਹ ਨੈਕਸਟ ਸਾਲ ਬਾਅਦ ਉਹਨਾਂ ਨੇ ਮੈਨੂੰ ਥੋੜ੍ਹਾ ਜਿਹਾ ਚੁੱਪ ਕਰਾਇਆ ਸੀ ਇਸ ਮੈਟਰ 'ਤੇ, ਪਰ ਇਹੀ ਮੈਂ ਆ ਕੇ ਮੇਰੇ ਗੁਰੂ ਇੱਥੇ ਖੜ੍ਹਾ ਹੋ ਜਾ, ਮੈਂ ਇਹ ਚੀਜ਼ 'ਤੇ ਕਦੇ ਨਹੀਂ ਝੂਠ ਬੋਲੂੰਗੀ, ਮੇਰਾ ਗੁਰੂ ਮੇਰੇ ਵਿੱਚ ਵੱਸਦਾ। ਐਂਡ ਮੈਂ ਇਹੀ ਕਹਿਣਾ ਚਾਹੁੰਦੀ ਕਿ ਹਾਂ ਐਕਸੀਡੈਂਟ ਸੀ, ਕੁਛ ਹੋਰ ਕੁਛ ਨਹੀਂ ਸੀ। ਤੁਸੀਂ ਆ ਸਕ ਸਾਡੇ ਨਾਲ ਸੱਚ ਦੇ ਨਾਲ ਖੜੋ, ਐਂਡ ਸਾਡੇ ਅੰਦਰ ਇਮੋਸ਼ਨ ਹੋ ਜਾਂਦੀ ਇਸ ਚੀਜ਼ ਦੇ ਬਾਰੇ। ਦੀਪ ਇੱਥੇ ਹੈ ਨਹੀਂ ਸਾਡੇ ਨਾਲ, ਪਰ ਮੈਂ ਖੜੀ ਹਾਂ ਉਹਦੇ ਬਿਹਾਫ 'ਤੇ, ਸੰਗਤ ਦੇ ਨਾਲ ਵੀ ਖੜੀ ਹਾਂ, ਦੀਪ ਦੀ ਕਈ ਸੋਚ 'ਤੇ ਸੀ ਅਸੀਂ ਉਹਦੇ 'ਤੇ ਵੀ ਅਸੀਂ ਖੜੇ ਹਾਂ। ਸੋ ਤੁਸੀਂ ਸੱਚ ਦੇ ਨਾਲ ਤੁਰਨਾ, ਦੀਪ ਦੀ ਲਾਈਕ ਅਸੀਂ ਅੱਗੇ ਲੱਗ ਜਾਂਦੇ ਹਾਂ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵੱਲੋਂ ਬੀਬੀ ਰੇਣਾ ਰਾਜ ਸਾ ਗਾਣਾ ਹੈ, ਬੋਲੇ